ਆ ਕੀ ਨਾਮ ਬੈਠਾ ਹੋਣਾ? ਮੈਂ ਇਹਨੂੰ ਛਾਂ ਕਰਦੇ ਆ। ਇਹਦਾ ਛੱਤ ਪਾ ਨਹੀਂ ਅੱਜ। ਤੋਰ ਲਾ ਫੁਕ ਰਿਆ, ਚੱਕ ਕੇ ਬਾਹਾਂ ਮਾਰੂੰਗਾ ਪਾਥੀ ਹੋਣਾ। ਛੱਤ ਪੈਣ ਲੱਗ ਗਈ ਮੁੰਡੋ ਆਪਣੀ। ਛੱਤ ਪੈ ਰਹੀ ਆ, ਕਿੰਨੀ ਕੁ ਖੁਸ਼ੀ ਹੋ ਰਹੀ ਆ? ਪੂਰੀ ਖੁਸ਼ੀ ਹੋ ਰਹੀ ਆ ਜੀ। ਸਿਰ ਤੇ ਆ ਕਿੱਦਾਂ ਦਾ ਲੱਗ ਰਿਹਾ? ਪੂਰਾ ਜੀ ਵਧੀਆ ਐ ਹੋ ਰਿਹਾ ਜੀ, ਇੱਕ ਪਲੇਟ ਦੀਆਂ ਦੋ ਹੋਰਾਂ ਬਣ ਜਾਣ। ਫੋਨ ਹੋ ਰਿਹਾ ਰੀਸੈਟ ਹੈ ਨਾ ਆਪਣੇ ਆਹ ਬੈਲੀ ਦਾ। ਕਣਕ ਦੀ ਤਿਆਰੀ ਦੇਖੋ ਹੁਣ ਪੂਰੀ ਵਧੀਆ ਹੋ ਚੁੱਕੀ ਆ। ਕਣਕ ਵੀ ਤਿਆਰ ਆ ਤੇ ਆਪਣੀ ਤਿਆਰੀ ਵੀ ਫੁੱਲ ਆ। ਇਹ ਦੇਖ ਦੇਖ ਕੇ ਭਾਈ ਹੌਲੀ 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 ਆ ਜਾ ਆਪਾਂ ਬਹਿੰਦੇ ਹੁਣ ਪੁੱਠੇ ਹੈ ਨਾ ਪਿੰਡ ਆਟਾ ਉਟਾ ਧਰੇ ਆਪਾਂ। ਓਏ ਡਰ ਲੱਗਦਾ। ਹਾਂਜੀ ਗਾਈਸ, ਵੈਲਕਮ ਟੂ ਅਨਦਰ ਵਲੌਗ ਆਣਾ ਸਾਰਿਆਂ ਨੂੰ ਫਿਰ ਵਾਰੀ ਸਤਿ ਸ਼੍ਰੀ ਅਕਾਲ। ਤਾਂ ਗਾਈਸ ਪਿਛਲੇ ਵਲੌਗ ਦੇ ਵਿੱਚ ਦੇਖਿਆ ਹੋਣਾ ਤੇ ਹੁਣੀ ਹੁਣੀ ਵਿਹਲੇ ਹੋਏ ਆਪਾਂ ਨਹਾ ਨੂ ਲੈ ਕੇ। 40 ਨੂੰ ਇੰਗਲਿਸ਼ 'ਚ ਕਹਿੰਦੇ ਨੇ 40 ਤੇ ਟਾਈਮ ਹੋਇਆ ਪਿਆ 12:30 ਦਾ ਤੇ ਭੁੱਖ ਲੱਗੀ ਪਈ ਆ, ਪਹਿਲਾਂ ਖਾ ਲਈ ਆਪਾਂ ਰੋਟੀ। ਤੇ ਗਾਈਸ ਇੰਨੀ ਜ਼ਿਆਦਾ ਧੁੱਪ ਨਾ ਕਾਲੀ ਹੋ ਗਈ ਤਾਂ ਮੂੰਹ ਵਿੱਚ ਲੱਗ ਗਿਆ ਨਾ, ਚੱਕ ਨਹੀਂ ਲੱਗਦਾ ਜਦੋਂ ਬਾਹਰ ਨਿਕਲਦਾ ਕਮਰੇ ਚੁੱਕੋ ਲੱਗ ਤਾ। ਆਹ ਕੀ ਨਾਮ ਬੈਠਾ ਹੋਣਾ? ਮੈਂ ਇਸਨੂੰ ਸਾਂ ਕਰਦੇ ਹਾਂ। ਮੈਂ ਇਸਨੂੰ ਸਾਂ ਹੈ। ਅੱਛਾ ਉਹ ਠੀਕ ਆ ਠੀਕ ਆ। ਤੇ ਇੱਧਰ ਚੱਲ ਰਹੀ ਆ, ਮੈਂ ਇਸਨੂੰ ਸਾਂ ਚੱਲ ਰਹੀ। ਧੁੱਪ ਬਹੁਤ ਜ਼ਿਆਦਾ ਵੱਧ ਗਈ। ਕਿੱਥੇ ਕਿੱਥੇ ਕੌਲੇ ਕੱਢਣੇ ਆ? ਅਸਾਂ ਉਹ ਚਾਦਰਾਂ ਹੀ ਆ। ਠੀਕ ਆ, ਪੱਕੀਆਂ ਉਈ ਡੰਗਾ ਹੈ ਸਾਰੀ ਉਈ ਆਰ ਜੀ। ਠੀਕ ਆ, ਤਾਂ ਗਾਈਸ ਹੁਣ ਆਪਾਂ ਹੁਣ ਬਦਲਦੇ ਆ ਕੱਪੜੇ। ਤਾਂ ਮੜੇ ਕਿ ਮੋਟੇ ਕੱਪੜੇ ਬਦਲ ਕੇ ਉਦੋਂ ਬਾਅਦ ਆਉਣੇ ਰੜੀ ਨਾ ਚੁਕਾਉਣੇ ਇੱਟਾਂ ਉੱਟਾਂ ਨਾ ਕਰਦੇ ਆ। ਮੈਂ ਸੁਣੂ ਸਾਂ ਕਿਉਂਕਿ ਧੁੱਪ ਅੱਗੇ ਆਪਣਾ ਚੱਲਦਾ ਨਹੀਂ ਕੋਈ ਬਾਹ ਕਿ ਬੰਦੇ ਦੇ ਕੱਪੜਿਆਂ ਤੋਂ ਬੰਦੇ ਦੀ ਸ਼ੱਕ ਤੋਂ ਨਹੀਂ ਪਤਾ ਲੱਗਦਾ ਕਿੱਡੀ ਕੁ ਦੂਰ ਤੱਕ ਉਹਦੀ ਰੇਂਜ। ਤੇ ਗਾਈਸ 1-2 ਮਿੰਟ ਲੱਗਿਆ ਤੇ ਗੈਟਅਪ ਹੋ ਗਿਆ ਆਪਣਾ ਚੇਂਜ। ਇਹਦਾ ਛੱਤ ਪਾ ਨਹੀਂ ਅੱਜ। ਇੱਥ ਤਾਂ ਪੈ ਜੂ ਅੱਜ ਫਿਰ ਕੋਈ ਪਾਲਟੀ ਪੁਲਟੀ ਛੱਤ ਪਏ ਦੀ ਪਾਲਟੀ ਕਰ ਦਾਂਗੇ। ਛੱਤ ਪਈ ਫਿਰ ਵੀ ਛੱਤ ਪਊਗੀ। ਕਿੰਨੇ ਘੰਟੇ ਚ ਪਾ ਦੇਗਾ ਸੈੱਟ? ਸੱਤ ਤਾਂ ਪਾ ਦੇਗਾ, 3 ਘੰਟਿਆਂ ਚ। 3 ਘੰਟਿਆਂ ਸੱਤ ਹੈ? ਵਾਹ 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 ਕਾ ਬਾਤ ਹੈ। ਤੋਰ ਲਾ ਫੁਕ ਰਿਹਾ, ਚੱਕ ਕੇ ਬਾਹ ਮਾਰੂੰਗਾ ਪਾਥੀ ਹੋਣਾ। ਕਿ ਮੋਬਾਈਲ ਤੇ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਭਰਨਾ ਪੈਂਦਾ OTP ਕੋਡ ਤੇ ਸਾਲਾ ਸਿਰਫ 10 ਮਿੰਟ ਹੀ ਵਰਤੇ ਸੀ ਤੇ ਲਿਪੜ ਕੇ ਆਪਣਾ ਟਰਾਈਪੋਡ। ਕਿ ਆਪਦੇ ਕੰਮ ਤੱਕ ਕੰਮ ਰੱਖਣਾ ਸਿੱਖ ਲਓ, ਦੂਜੇ ਦੇ ਕੰਮ 'ਚ ਐਵੇਂ ਪਸਾਉਣੀ ਨਹੀਂ ਚਾਹੀਦੀ ਲੱਤ। ਅੱਧੇ ਦਿਨ ਦੀ ਮਿਹਨਤ ਤੋਂ ਬਾਅਦ ਤੇ ਫਾਈਨਲੀ ਹੁਣ ਆਪਾਂ ਪਾਉਣ ਲੱਗ ਦਿਆਂਗੇ ਛੱਤ। ਭਾਈ ਆਪਣੀ ਛੱਤ ਪੈ ਰਹੀ ਆ, ਕਿੰਨੀ ਕੁ ਖੁਸ਼ੀ ਹੋ ਰਹੀ ਆ? ਪੂਰੀ ਖੁਸ਼ੀ ਹੋ ਰਹੀ ਆ ਜੀ। ਮਨ 'ਚ ਕਿਹੋ ਜਿਹਾ ਫੀਲ ਹੋ ਰਿਹਾ ਛੱਤ ਪੈ ਰਹੀ? ਆਪਾਂ ਅੱਧੇ ਦਿਨ 'ਚ ਛੱਤ ਪਾ ਦੀ? ਦੋ-3 ਘੰਟੇ ਪਾ ਦੀ। ਹਾਂ ਕਿੱਦਾਂ ਦਾ ਫੀਲ ਹੋ ਰਿਹਾ? ਪੂਰਾ ਵਧੀਆ। ਭਾਰ ਸਿਰ ਤੇ ਆ ਕਿੱਦਾਂ ਦਾ ਲੱਗ ਰਿਹਾ? ਪੂਰਾ ਜੀ ਵਧੀਆ ਐ ਹੋ ਰਿਹਾ ਜੀ, ਇੱਕ ਪਲੇਟ ਦੀਆਂ ਦੋ ਹੋਰਾਂ ਬਣ ਜਾਣ। ਹੁਣ ਆਪਾਂ ਚੱਲ ਪਏ, ਦੋਵੇਂ ਜਾਣੇ ਹੈ ਨਾ ਅਸੀਂ ਪਾਉਣ ਦੁੱਧ ਧਰੀਆਂ ਜਾਂ ਕਿੰਨੀਆਂ ਤੇ ਰਾਹ ਦੇ ਵਿੱਚ ਅਸੀਂ ਹੈਗੇ ਹਾਂ। ਲਓ ਗਾਈਸ ਫੋਨ ਹੋ ਰਿਹਾ ਰੀਸੈਟ ਹੈ ਨਾ ਆਪਣੇ ਆਹ ਬੈਲੀ ਦਾ, ਤਾਂ ਇਹਦਾ ਫੋਨ ਆ ਨਾ ਸਹੀ ਵਰਕ ਨਹੀਂ ਸੀ ਕਰ ਰਿਹਾ। ਹਾਂਜੀ ਗਾਈਸ, ਤਾਂ ਸਰ ਨੂੰ ਪਿਰ ਪਰੀ ਗੁੱਡ ਮਾਰਨਿੰਗ। ਤਾਂ ਕੱਲ੍ਹ ਵਾਲੇ ਵਲੌਗ ਦੇ ਵਿੱਚ ਪਾਤੀ ਸੀ ਆਪਾਂ ਛੱਤ, ਨਹੀਂ ਕੱਲ੍ਹ ਵਾਲੇ ਵਲੌਗ ਦੇ ਵਿੱਚ ਨਹੀਂ।
कल पाती सी ना ब्लाउ ताही सी। कणक की तैयारी देखो है ना पूरी वधिया हो चुकी है, कणक भी तैयार है ते अपनी तैयारी भी फुल है ना, पीली पीली होने लग गई कणक भी। बाकी कुछ यह जहाँ वैदर है करके कि कितने भी कोई भी चीज़ की दिक्कत आँदी आ असी दिमाग नाल सौ हल लें गए कड कि कुर्सियां दे के अत्तवादी कहना सौखा। कणक वढ़न दे टाइम किलो अद्धी किलो मच जाता है ब्लड। हांजी गाइस ते बज गए है ना दस। देख देख के भाई हौली 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 इधर अपने इंजीनियर साहब सोच रहे ने किवें छत पाउनी आ है ना। सोचो सोचो उधर गल पवाती अज इधर पाऊगी। कि कई अजे होंगे ने कोई प्रॉब्लम का हल नहीं निकलता तब दे गल नू ला लैंदे ने फंदे। अज असी फिरदियां दोवें घरे अज हैगा गा संडे ते रात होना इहदे फोन नू करता आपां रीसैट ते जिहड़ियां चलदियां नहीं सी इहदे मोबाइल च गेमां ओह हुण आपां करतीआं सैट। ते कल नू हैगा अपना ना मंडे दा, कल नू अपना पेपर है दूजा ना पंजाबी कंपलसरी पंजाबी लाजमी। बाला का पता नहीं पर जिंदगी एक दो पक्के होने चाहिए ने मित्र। पिछे जिहड़ियां तुसीं क्लिपां देखियां ने तां फड़ के छड़ता आपां तित्तर। हुण आपां चलदे आं पिंड स्कूटरी उपर है ना ते हुण आपां धक्के होणा इक गट्टा पहला दो गट्टे लै गए सी इक गट्टा रह गया सी उहनूं पता तुसीं देखिआ होणा है ना। तां हुण कढ लई इहनां ने स्कूटरी देखो आ पिआ गट्टा ते आ गई स्कूटरी। हुण पुठे है ना पिंड आटा उटा धरे आपां दाणा सॉरी आपां बहिंदे आं पुठे। हुण तूं तां मेरे हाथ पहली टक्कर ली कि पेपर नूं लिखण खातर अक्सर चाहीदा हुंदा आपां नूं पेन ते हो गया शाम दा टाइम ते बज गए अपने तिन। कणक वड लगना गा परसों उत्थे नूं चक देना गा मैं जदों नूं लोक वड्डन लगणगे ਉਹ ਤਾਂ ਤੂੜੀ ਨਿਕਲ ਜੂ ਪਿਛਲੀ ਗੱਲ ਤਾਂ ਆਪਾਂ ਸਾਂਭ ਹੀ ਦਿੱਤੀ ਸੀ ਤਾਂ ਤੁਸੀਂ ਦੇਖ ਹੀ ਲਿਆ ਹੈ ਨਾ ਇੱਧਰ ਵੀ ਦੇਖ ਹੀ ਲਓ ਇੱਧਰ ਨੂੰ ਜਗਾੜ ਜਿਹਾ ਲਾ ਲਿਆ ਹੈ ਨਾ ਕਿ ਵੱਡੇ ਤੋਂ ਵੱਡੇ ਬੰਦੇ ਭਜਦੇ ਨੇ ਜਦੋਂ ਆ ਜਾਂਦਾ ਖਤਰੇ ਵਾਲਾ ਜ਼ੋਨ। ਹੁਣ ਅਸੀਂ ਇਹਨਾਂ ਨੂੰ ਫੋਟੋਆਂ ਵਿੱਚ ਵੀ ਨਾ ਦਿਖਾਈਏ ਬੜੇ ਔਖੇ ਨੇ ਹਾਸੇ ਬਾਣੇ ਲੈਣੇ ਫੋਨ ਤੇ ਗਾਈ ਸਾ ਨਾ ਕਹੀ ਬਹੁਤ ਲੋਕ ਕਹਿ ਰਹੇ ਸੀ ਹੈ ਨਾ ਯਾਰ ਵੀ ਤੁਸੀਂ ਆਪਣਾ ਵਿਹੜਾ ਤੁਸੀਂ ਸੈੱਟ ਕਰਵਾਉਣਾ ਮੈਂ ਉਹੀ ਗੱਲ ਮੈਂ ਵੀ ਕਹਿਣਾ ਵੀ ਸਾਡੇ ਵਿਹੜੇ 'ਚ ਥਾਂ ਤਾਂ ਵਾਧੂ ਤੁਸੀਂ ਦੇਖ ਲਓ ਨਾ ਇੱਥੋਂ ਲੈ ਕੇ ਉਹ ਤੱਕ ਘਰ ਹੀ ਘਰ ਆ ਸਾਡੇ ਵਿਹੜੇ 'ਚ ਥਾਂ ਤਾਂ ਵਾਧੂ ਆ ਪਰ ਸੈਟਿੰਗ ਨਹੀਂ ਹੈਗੀ ਵਿਹੜੇ ਦੀ ਕਦੇ ਕੁਛ ਆਈ ਪਿਆ ਹੈ ਨਾ ਕਿੰਨਾ ਥਾਂ ਤਾਂ ਦਰੱਖਤਾਂ ਨਹੀਂ ਰੋਕ ਰੱਖਿਆ ਵਿਚਾਲੇ ਹੈ ਨਾ ਤੁਸੀਂ ਇੱਧਰ ਵਾਲੋ ਇੱਧਰ ਵਾਲੋ ਮਤਲਬ ਜੇ ਪੂਰੀ ਸੈਟਿੰਗ ਕਰਨੀ ਹੋਵੇ ਵਿਹੜਾ ਤਾਂ ਬਹੁਤ ਖੁੱਲ੍ਹ ਜੇ ਹੈ ਨਾ ਕਿ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਸਾਨੂੰ ਸਕਦਾ ਨਹੀਂ ਕੋਈ ਘੇਰ ਅਤੇ ਇੱਧਰ ਪਈ ਆਪਣੀ ਮਸ਼ੀਨ ਅਤੇ ਉਹਦੇ ਮਗਰ ਕੱਖਾਂ ਲੱਗਿਆ ਪਿਆ ਢੇਰ। ਮੈਂ ਦੋ ਪੈਂਟਾਂ ਲੋਡ ਕਰਾ ਕੇ ਲਿਆਉਂਦੇ ਸੀ ਜੋ ਇੱਕ ਪੈਂਟ ਤਾਂ ਮੇਰੀ ਪਾਈ ਵੀ ਤੁਸੀਂ ਦੇਖ ਸਕਦੇ ਹੋ ਇਹ ਤਾਂ ਜਮਾਂ ਸਹੀ ਆ ਹੈ ਨਾ ਜਿਹੜੀ ਦੂਜੀ ਪੈਂਟ ਉਹਦਾ ਲੱਕ ਥੋੜ੍ਹਾ ਜਿਹਾ ਹਜੇ ਵੀ ਲੂਜ਼ ਆ ਮੈਂ ਇਹਨੂੰ ਮਨਾ ਕੇ ਆਇਆ ਸੀ ਨਾਲੇ ਵੀ ਤਾਂ ਵੀ ਉਹਨੇ ਸਹੀ ਨਹੀਂ ਕੀਤਾ ਇੱਕ ਹੋਰ ਪੈਂਟ ਉਹ ਵੀ ਬਸ ਕੇ ਆਉਣੀ ਹੈ ਨਾ ਸੈਟਿੰਗ ਹੋ ਜੂਗੀ ਨਾਲ ਦੀ ਅਤੇ ਸ਼ਾਮ ਦੇਖਣਾ 5:41 ਹੋ ਗਏ ਅਤੇ ਹੁਣ ਆਪਾਂ ਦੁੱਧ ਪਾਉਂਦੇ ਹੋ ਗਏ ਤਿਆਰੀ ਅਤੇ ਗੰਢਿਆਂ ਦੀ ਲਾਈ ਹੋਈ ਆ ਵੱਡੀ ਸਾਰੀ ਕਿਆਰੀ।